ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਚੱਲੇ ਹਾਂ ਰਾਜਸਥਾਨ। ਮੈਂ ਦੂਜੀ ਵਾਰ ਰਾਜਸਥਾਨ ਚੱਲੇ ਹਾਂ, ਉੱਦਾਂ ਵਿੱਚ ਦੀ ਸ਼ਹਿਰ ਨਿਕਲਿਆ ਹੁਣ ਇੱਕ ਅੱਧੀ ਵਾਰ ਪਹਿਲਾਂ ਹੀ, ਪਰ ਪਿਛਲੇ ਸਾਲ ਆਪਾਂ ਗਏ ਸੀ ਜੈਪੁਰ ਦੇ ਵਿੱਚ ਰਹੇ ਸੀਗੇ। ਇਸ ਵਾਰ ਆਪਾਂ ਇੱਕ ਹੋਰ ਨਵੇਂ ਸ਼ਹਿਰ ਚੱਲੇ ਹਾਂ। ਇਸ ਵਾਰ ਮੈਂ ਅਤੇ ਮੈਂ ਦੋਵੇਂ ਜਾਣੇ ਜਾ ਰਹੇ ਹਾਂ ਅਤੇ ਨਾਲ ਚੱਲਦੇ ਹਾਂ। ਅਸੀਂ ਵੀ ਪਹਿਲੀ ਵਾਰ ਜਾਣਾ, ਸਾਰਾ ਕੁਝ ਸਾਡੇ ਲਈ ਵੀ ਨਵਾਂ ਹੋਊਗਾ ਵੀ ਉੱਥੇ ਕਿੱਦਾਂ ਦਾ ਮਾਹੌਲ ਹੋਊਗਾ। ਪੰਜਾਬ ਤੋਂ ਬਾਹਲੀ ਦੂਰ ਨਹੀਂ ਹੈਗਾ, ਨੇੜੇ ਹੀ ਆ। ਚਲੋ ਚੱਲੀਏ ਆਪਾਂ। ਬਾਏ। ਮੰਮੀ ਮੱਕੀ ਦੀਆਂ ਰੋਟੀਆਂ ਬਣਾਉਣ ਲੱਗੇ ਨੇ। ਖਾਸ ਗੱਲ ਇਹ ਆ ਵੀ ਮੰਮੀ ਤੋਂ ਪਹਿਲਾਂ ਮੈਂ ਸਿੱਖ ਗਈ। ਮੰਮੀ ਵੇਲ ਕੇ ਬਣਾਉਣ ਲੱਗੇ ਹੋਏ ਆ, ਮੈਂ ਥੱਪ ਕੇ ਸਿੱਖ ਗਈ, ਮੰਮੀ ਹੁਣ ਸਿੱਖਣ ਲੱਗੇ ਨੇ। ਬਾਹਲੀ ਸੋਹਣੀ ਰੋਡ ਬਣ ਗਈ। ਪਹਿਲਾਂ ਅਸੀਂ ਰੋਡ ਡਾਕਟਰ ਕੋਲ ਆਉਂਦੇ ਹੁੰਦੇ ਸੀ, ਪੁੱਲ ਨੀ ਸੀਗਾ ਤੇ ਵਿਆਹ ਤੋਂ ਬਾਅਦ ਹੀ ਇੰਨਾ ਕੰਮ ਹੋ ਗਿਆ, ਪੂਰਾ ਵਧੀਆ ਹੋ ਗਿਆ। ਜੇ ਅੱਡ ਤੱਕ ਰੋਡ ਐਵੇਂ ਰਿਹਾ ਫਿਰ ਤਾਂ ਸਫ਼ਰ ਸੌਖਾ ਹੀ ਆ। ਖਰਾਬ ਹੋ ਗਿਆ। ਅਸਲ ਚ ਵੈਸੇ ਉਹਦੀ ਕੋਈ ਜ਼ਰੂਰਤ ਤੇ ਨਹੀਂ ਸੀ, ਉਹ ਪੇਨ ਕਿਲਰ ਦਿੱਤੀ ਸੀ ਥੋੜੀ ਜਿਹੀ ਵੀ ਜੇ ਪੇਨ ਹੋਇਆ ਤਾਂ। ਤੇ ਉਹਦੇ ਬੋਰਡ ਲੱਗਿਆ ਹੋਇਆ ਸੀ ਵੀ ਬੋਰਡ 40 ਕਿਲੋਮੀਟਰ ਰਹਿ ਗਿਆ। ਉਹ ਬੋਰ ਤੋਂ ਮੈਨੂੰ ਗੱਲ ਯਾਦ ਆਈ, ਸਾਡੇ ਕਾਲਜ ਤੋਂ ਮੁੰਡੇ ਆਏ, ਨਾਮ ਤਾਂ ਉਹਨਾਂ ਦਾ ਕੀ ਲੈਣਾ, ਉਹਨਾਂ ਦਾ ਪੁੱਠਾ ਨਾਮ ਰੱਖਿਆ ਸੀ ਰਾਮੂ ਸ਼ਾਮੂ। ਤੇ ਉਹਨਾਂ ਨੇ ਕੀ ਕੀਤਾ, ਉਹ ਸੀਗੇ ਐਸਸੀ ਕੋਟੇ, ਸਾਡੇ ਕਾਲਜ ਐਸਸੀ ਕੋਟੇ ਦੀ ਜ਼ੀਰੋ ਫੀਸ ਸੀਗੀ, ਹੋਸਟਲ ਦੇ ਵੀ ਆਈ ਥਿੰਕ ਘੱਟ ਪੈਸੇ ਆਉਂਦੇ ਸੀ। ਉਹਨਾਂ ਨੇ ਘਰਦਿਆਂ ਨੂੰ ਨਹੀਂ ਦੱਸਿਆ ਵੀ ਫੀਸ ਜ਼ੀਰੋ ਆ, ਉਹ ਘਰਦਿਆਂ ਤੋਂ ਪੂਰੀ ਫੀਸ ਮੰਗਵਾਉਂਦੇ ਸੀ, ਵੱਧ ਕੇ ਫੀਸ ਮੰਗਵਾਉਂਦੇ ਸੀ। ਹੋਸਟਲ 'ਚੋਂ ਰਹਿੰਦੇ ਨਹੀਂ ਸੀ, ਬਾਹਰ ਕਮਰਾ ਦਿੱਤਾ ਸੀ ਉਹਨਾਂ ਨੇ, ਇੰਨੀ ਐਸ਼ ਕਰਨੀ, ਖਾਣ ਪੀਣ ਦਾ ਸਾਰਾ ਕੰਮ ਕਰਨਾ। ਡੇਢ ਕੁ ਸਾਲ ਬਾਅਦ ਉਹਨਾਂ 'ਚੋਂ ਇੱਕ ਤਾਂ ਡੈਡੀ ਕੋਈ ਕੰਮ ਲੁਧਿਆਣੇ ਆਇਆ, ਉਹ ਕਾਲਜ ਆ ਗਿਆ, ਉੱਥੇ ਆ ਕੇ ਉਹਨੂੰ ਪਤਾ ਲੱਗਿਆ ਵੀ ਸਾਡੇ ਮੁੰਡੇ ਦੀ ਤਾਂ ਵੀ ਫੀਸ ਨਹੀਂ ਹੈਗੀ। ਫਿਰ ਉਹਨਾਂ ਨੇ ਉਹਨਾਂ ਨੂੰ ਪੈਸੇ ਦੇਣੇ ਬੰਦ ਕੀਤੇ, ਫਿਰ ਉਹ ਹੋਸਟਲ 'ਚ ਆਏ ਸੀਗੇ। ਉਹ ਬੜੇ ਖਤਰਨਾਕ ਬੰਦੇ ਸੀ, ਉਹਨਾਂ ਨਾਲ ਇੱਕ ਹੋਰ ਗੱਲ ਯਾਦ, ਇੱਕ ਵਾਰ ਉਹਨੇ ਕਿਸੇ ਦਾ ਸੀਪੀਯੂ ਚੱਕ ਲਿਆ ਸੀ ਸਾਡੇ ਨਾਲ ਦੀ ਫੈਕਟਰੀ ਦਾ। ਉਹ ਕਹਿੰਦਾ ਜੀ ਹਾਰਡ ਡਿਸਕ ਮੋੜ ਦੋ, ਬਾਕੀ ਰੱਖ ਦੋ, ਸਾਡਾ ਉਹ 'ਚ ਡੇਟਾ ਪਿਆ। ਬੜੇ ਸ਼ਰਾਰਤੀ ਬੰਦੇ ਸੀ ਦੋਵੇਂ ਜਾਣੇ। ਬੜੇ ਵਧੀਆ ਸਕੂਲਾਂ 'ਚ ਇੰਗਲਿਸ਼ ਬਹੁਤ ਬੋਲਦੇ ਸੀ। ਇੱਕ ਦਿਨ ਮੇਰੇ ਨਾਲ ਵਾਈ ਵਿੱਚ ਬਹਿ ਗਏ, ਸਾਨੂੰ ਤਾਂ ਇੰਗਲਿਸ਼ ਜਮੇ ਨੀ ਬੋਲਣੀ ਹੁੰਦੀ ਸੀ, ਕੋਨਫੀਡੈਂਸ ਨਹੀਂ ਸੀਗਾ। ਉਹ ICIC ਬੋਰਡ 'ਚ ਪੜ੍ਹਿਆ ਸੀ ਮੇਰੇ ਨਾਲ, ਉਹ ਤਾਂ ਵਾਈ ਵਿੱਚ ਇੰਗਲਿਸ਼ ਬੋਲਣ ਲੱਗ ਗਿਆ ਜਮੇ। ਸਾਡੇ ਨਾਲ ਦੇ ਸਾਰੇ ਅਸੀਂ ਦੇਖੇ ਵੀ ਇਹਨੂੰ ਕੀ ਹੋ ਗਿਆ, ਤਾਂ ਜਮੇ ਦੇਸੀ ਲੱਗਦਾ, ਉੱਥੇ ਪੂਰੀ ਇੰਗਲਿਸ਼ ਮਾਰੇ ਆ। ਉਹ ਯਾਰ ਬੜੇ ਖਤਰਨਾਕ ਬੰਦੇ ਸੀਗੇ। ਜਮਾ ਹੀ ਮਤਲਬ ਐਵੇਂ ਫੀਲ ਹੀ ਨਹੀਂ ਹੋਇਆ ਵੀ ਇੰਨੀ ਦੂਰ ਆਏ ਹੈਗੇ। ਇੰਨਾ ਸੋਹਣਾ ਰੋਡ ਸੀਗਾ, ਬਸ ਥੋੜੀ ਬਹੁਤ ਮਾੜੀ ਮੋਟੀ ਸੜਕ ਟੁੱਟੀ ਆਈ ਆ, ਉਹ ਵੀ ਰੋਡ ਬਣ ਰਿਹਾ ਸੀ ਤਾਂ ਕਰਕੇ ਨਾਲ। ਤੇ ਬਾਹਲਾ ਵਧੀਆ ਮਤਲਬ ਲੱਗਿਆ, ਬਾਹਲੀ ਛੇਤੀ ਸਫ਼ਰ ਲੰਘ ਗਿਆ ਤੇ ਥੋੜਾ ਕੁ ਸਫ਼ਰ ਰਹਿ ਗਿਆ ਸਾਡਾ ਹੁਣ। ਤੇ ਇੱਥੇ ਥੋੜਾ ਜਿਹਾ ਫਰਕ ਆ, ਜਿਵੇਂ ਬਾਗ ਬਹੁਤ ਲੱਗੇ ਹੋਏ ਨੇ ਕਿੰਨੂਆਂ ਦੇ, ਸੰਤਰਿਆਂ ਦੇ, ਮੈਨੂੰ ਪਤਾ ਨਹੀਂ, ਬਹੁਤ ਭਰੇ ਪਏ ਸੀਗੇ। ਇੱਕ ਦੋ ਬਾਗ ਤਾਂ ਇੰਨੇ ਸੋਹਣੇ ਲੱਗੇ ਜੀ, ਕਰਦਾ ਸੀ ਵੀ ਯਾਰ ਦਰਖਤ ਪੱਟ ਕੇ ਘਰ ਨੂੰ ਲੈ ਜਾਈਏ। ਤੇ ਜਿਵੇਂ ਦੱਸਿਆ ਰੋਡ ਦੇ ਉੱਤੇ ਉਹ ਨਹੀਂ ਸੀਗਾ, ਸੇਲ ਕਰਨ ਲਈ ਨਹੀਂ ਬੈਠੇ ਹੋਏ ਸੀਗੇ, ਸੜਕ ਸੀ ਲੈਣਾ ਸੀ ਕੁਛ ਨਾ ਕੁਛ। ਤੇ ਆਪਾਂ ਚੱਲੇ ਹਾਂ ਜੀ, ਵੈਸੇ ਹੁਣ ਦੱਸ ਦਈਏ ਗੰਗਾ ਨਗਰ। ਤੇ ਉੱਥੇ ਆਪਣੇ ਅੰਕਲ ਜੀ ਨੇ ਯੂਟਿਊਬ ਤੋਂ ਹੀ ਮੇਰੇ ਸਬਸਕ੍ਰਾਈਬਰ ਹਨ, ਤੇ ਆਪਣੇ ਘਰੇ ਆਏ ਸੀ, ਪ੍ਰੇਮ ਬਹੁਤ ਕਰਦੇ ਨੇ, ਪਿਆਰ ਬਹੁਤ ਕਰਦੇ ਨੇ। ਤੇ ਦੋ ਵਾਰ ਆਏ ਨੇ ਨਾ ਘਰੇ, ਮੈਂ ਨਹੀਂ ਮਿਲਿਆ ਹੈਗਾ, ਮੇਰੇ ਤੋਂ ਬਾਅਦ ਹੀ ਉਹ ਦੋ ਵਾਰ ਆ ਗਏ। ਤੇ ਨਹੀਂ, ਦੋ ਤਿੰਨ ਵਾਰ ਆ ਗਏ ਸ਼ਾਇਦ। ਅੱਛਾ, ਮੈਂ ਤਾਂ ਮੇਰੀ ਤਾਂ ਇੰਸਟਾਗ੍ਰਾਮ ਤੇ ਉਹਨਾਂ ਨਾਲ ਗੱਲ ਹੋਈ ਹੈ ਜਿਹੜੀ ਮਾੜੀ ਮੋਟੀ ਹੋਈ ਹੋਈ ਆ। ਮੈਨੂੰ ਅੰਕਲ ਦੇ ਬੋਲਣ ਦਾ ਸਟਾਈਲ ਬੜਾ ਘੈਂਟ ਲੱਗਦਾ। ਅੰਕਲ ਨੇ ਹਰੇਕ ਗੱਲ ਤੋਂ ਪਹਿਲਾਂ ਹਾਂਜੀ ਕਹਿਣਾ, ਹਾਂਜੀ ਸਤਿ ਸ਼੍ਰੀ ਅਕਾਲ ਰਵੀ ਬੇਟਾ, ਹੋਰ ਮੰਮੀ ਡੈਡੀ ਦਾ ਹਾਲ ਠੀਕ ਆ, ਵਾਲਾ ਗੇਟ ਬੋਲਦੇ ਨੇ, ਮੌਸਮ ਕਿੱਦਾਂ, ਹਾਂਜੀ ਮੌਸਮ ਕਿੱਦਾਂ, ਐਨ ਟਕਾ ਕੇ ਗੜਕਵੀਂ ਆਵਾਜ਼ 'ਚ ਆਪਣੀ ਵੀਡੀਓ 'ਚ ਵੀ ਆਏ ਹੋਏ ਨੇ ਮੈਨੂੰ ਲੱਗਦਾ, ਹਨਾ। ਹਾਂਜੀ ਪਰਿਵਾਰ ਨਾਲ ਆਏ ਸੀਗੇ ਉਦੋਂ, ਪਿਆਰ ਕਰਦੇ ਆ ਬਹੁਤ ਟਾਈਮ ਦੇ, ਕਹਿੰਦੇ ਆ ਵੀ ਆ ਕੇ ਜਾਇਓ, ਆ ਕੇ ਜਾਇਓ। ਸਬੱਬ ਨਹੀਂ ਬਣ ਰਿਹਾ ਸੀਗਾ, ਹੁਣ ਫਿਰ ਅਸੀਂ ਦੋ ਹੀ ਸੀਗੇ, ਕਿ ਸੀਗਾ ਤਾਂ ਇਹ ਵੀ ਕਰਦੇ ਵੀ ਆਜਣ ਤਾਂ ਵੱਧ ਵਧੀਆ ਹੋਊਗਾ। ਹਾਂ ਨਾ, ਤਾਂ ਮੰਮੀ ਡੈਡੀ ਨੇ ਸੀਗਾ, ਪਰ ਚਲੋ ਹੁਣ ਫਿਰ ਉਹ ਜਦੋਂ ਉਹਨਾਂ ਦਾ ਟਾਈਮ ਲੱਗੂ। ਮੈਂ ਕਹਿੰਦਾ ਵਧੀਆ ਨਹੀਂ ਹੈ, ਸਾਰ ਵਾਰ ਸੜਕ ਬਣ ਗਈ ਫਿਰ ਤਾਂ ਜਮੀ ਸਮੂਥਲੀ ਜਾਂਦੀ ਆ। ਇੱਕ ਵਾਰ ਇੱਕ ਥਾਂ ਤੇ ਹਾਈਵੇ ਬਣ ਰਿਹਾ ਤੇ ਅਸੀਂ ਮੁੜ ਗਏ, ਵੱਧ ਸਾਰਾ ਬੰਦ ਸੀਗਾ। ਮੰਮੀ ਕਹਿੰਦੇ ਵੀ ਮੈਂ ਪਹਿਲਾਂ, ਮੰਮੀ ਦਾ ਪਲਾਨ ਸੀਗਾ ਵੀ ਮੈਂ ਪਟਿਆਲੇ ਤੋਂ ਤੁਹਾਡੇ ਕੋਲੇ ਆਉਂਗੀ, ਤੇ ਮੰਮੀ ਕਹਿੰਦੇ ਵੀ ਮੈਨੂੰ ਬੈਕ ਪ੍ਰੋਬਲਮ ਆ, ਕਹਿੰਦੇ ਮੈਂ ਔਖੀ ਹੋਈ ਆ ਉਰੇ ਵੀ, ਕਹਿੰਦੇ ਤੁਸੀਂ ਹੋ ਜਾਇਓ। ਹੁਣ ਥੱਲੇ ਪੁਲੀ ਆ, ਉੱਪਰ ਦੀ ਟ੍ਰੇਨ ਜਾ ਰਹੀ ਆ, ਪੁਲੀ ਵਾਰੀ ਛੋਟੀ ਜੀ ਹੋਈ ਆ, ਮੈਨੂੰ ਲੱਗਿਆ ਵੀ ਗੱਡੀ ਜਾ ਰਹੀ, ਬਹੁਤ ਘੱਟ ਆ। ਹਾਂਜੀ ਗੱਡੀ ਹੋਈ ਲੰਘਦੀ ਆ, ਮੈਨੂੰ ਲੱਗਦਾ ਕੱਲੀ ਆ, ਤਾਂ ਅਸੀਂ ਗਲਤੀ ਨਾਲ ਹੀ ਗਏ ਅੰਦਰ ਦੀ ਸ਼ਹਿਰ ਦੇ। ਚੱਲ ਫੇਰ ਵੀ ਅਸੀਂ ਕਿਹਾ ਸ਼ਹਿਰ ਦੇਖ ਚੱਲਦੇ ਆਂਗੇ, ਸੋਹਣਾ ਸ਼ਹਿਰ ਆ, ਵਧੀਆ ਚੌਂਕ ਚੂਕ ਵਧੀਆ ਬਣੇ ਹੋਏ ਨੇਗੇ।
ਮੈਂ ਸੋਚਦਾ ਸੀਗਾ ਵੀ ਨਾਮ ਗੰਗਾ ਨਗਰ ਕਾਤੇ ਪਰ ਗੰਗਾ ਆਉਂਦੀ ਹੋਣੀ ਆ ਵੀ ਪਤਾ ਨੀ ਕੀ ਚੱਕਰ ਹੋਣਾ ਪਰ ਪਿੱਛੇ ਇੱਕ ਚੌਂਕ ਦੇਖਿਆ ਮਹਾਰਾਜਾ ਗੰਗਾ ਸਿੰਘ ਸੋ ਲੱਗਦਾ ਉਹਨਾਂ ਦੇ ਨਾਮ ਤੋਂ ਰੱਖਿਆ ਹੋਣਾ ਵਾ ਗੰਗਾ ਨਗਰ ਇਹ ਵੀ ਨੀ ਪਤਾ ਵੀ ਗੰਗਾ ਨਗਰ ਦੇ ਨਾਲ ਕੋਈ ਪਿੰਡ ਹੋਵੇ ਬਸ ਅਸੀਂ ਪਹੁੰਚ ਗਏ ਜਿਹੜੀ ਲੋਕੇਸ਼ਨ ਦੱਸੀ ਸੀ ਇਧਰਲੇ ਪਾਸੇ ਫਿਰ ਰਹੇ ਸੀ ਕਿਉਂਕਿ ਅਸੀਂ ਉਧਰਲੀ ਸਾਈਡ ਤੋਂ ਆਏ ਸੀ ਤੇ ਸ਼ਾਇਦ ਅੰਕਲ ਜੀ ਨੇ ਸਮਝਿਆ ਹੋਣਾ ਵੀ ਅਸੀਂ ਮਤਲਬ ਐਸੇ ਸਾਈਡ ਤੋਂ ਆ ਰਹੇ ਹਾਂ ਅਸੀਂ ਯੂ ਟਰਨ ਲੈ ਕੇ ਵਾਪਸ ਜਾ ਰਹੇ ਯੂ ਟਰਨ ਲੈ ਕੇ ਆਏ ਹਾਂ ਕਿਉਂਕਿ ਅਸੀਂ ਆਏ ਸੀਗੇ ਖੱਬੇ ਹੱਥ ਤੋਂ ਤੇ ਉਹ ਹੈਗਾ ਸੱਜੇ ਸੌਰੀ ਅਸੀਂ ਆਏ ਸੀ ਸੱਜੇ ਹੱਥ ਤੋਂ ਤੇ ਖੱਬੇ ਹੱਥ ਵਾਲੀ ਸਾਈਡ ਲੋਕੇਸ਼ਨ ਸੀਗੀ ਹੁਣ ਸੱਜਾ ਖੱਬਾ ਤਾਂ ਡਿਪੈਂਡ ਕਰਦਾ ਕਿਹੜੀ ਸਾਈਡ ਤੋਂ ਤੁਸੀਂ ਖੜੇ ਹੋ ਇਹ ਘਰ ਦੀ ਗੱਲ ਕਰਦੀਆਂ ਐ ਵੀ ਘਰ ਦੇ ਲਈ ਜਿੱਦਾਂ ਆਪਾਂ ਨੂੰ ਆਉਣਾ ਚਾਹੀਦਾ ਸੀਗਾ ਸੜਕਾਂ ਯਾਰ ਸਾਰੀਆਂ ਡਿਵੈਲਪਮੈਂਟ ਚੱਲ ਰਹੀਆਂ ਨੇ ਸਾਰੇ ਇੰਡੀਆ ਦੇ ਚੱਲ ਰਹੀਆਂ ਨੇ ਵਧੀਆ ਗੱਲ ਲੱਗੀ ਮੈਨੂੰ ਸੜਕਾਂ ਵਧੀਆ ਡਿਵੈਲਪ ਹੋ ਰਹੀਆਂ ਨੇ ਰੋਡ ਵਧੀਆ ਸੀਗਾ ਤਾਂ ਕਰਕੇ ਇਥੋਂ ਕੋਈ ਔਖਾ ਨਹੀਂ ਹੋਇਆ ਨੀਲਾ ਗੇਟ ਲੱਭਣਾ ਹੁਣ ਨੀਲਾ ਗੇਟ ਆਉਣੇ ਵਾਲੀ ਹੈ ਕਿਤੇ ਨੀਲਾ ਗੇਟ ਲੱਭ ਗਿਆ ਅਸੀਂ ਵਾਵਾ ਦੂਜੀ ਸਾਈਡ ਹੀ ਨਾ ਨੀਲਾ ਗੇਟ ਲੱਭ ਕੇ ਚਲੇ ਗਏ ਵਧੀਆ ਟਾਈਮ ਤੇ ਪਹੁੰਚ ਗਏ ਸੀ ਆ ਕੇ ਕਾਫੀ ਥੱਲੇ ਬੈਠੇ ਸੀ ਸਾਰੇ ਜਣੇ ਗੱਲਾਂ ਮਾਰੀਆਂ ਕਿਉਂਕਿ ਮੈਂ ਪਹਿਲੀ ਵਾਰ ਮਿਲਿਆ ਸੀਗਾ ਉਹਦੇ ਬਾਅਦ ਫਿਰ ਫੂਡ ਖਾਧਾ ਫੂਡ ਬਹੁਤ ਜ਼ਿਆਦਾ ਸਵਾਦ ਸੀਗਾ ਮੈਕ ਨੇ ਹਲਦੀ ਨਹੀਂ ਖਾਣੀ ਇਹਨੂੰ ਡਾਕਟਰ ਨੇ ਬੰਦ ਕੀਤਾ ਸੀ 3-4 ਦਿਨਾਂ ਲਈ ਸੋ ਇੱਕ ਸਪੈਸ਼ਲ ਸਬਜ਼ੀ ਬਣਾਈ ਸੀ ਹਲਦੀ ਤੋਂ ਬਿਨਾਂ ਅਤੇ ਸਾਗ ਸੀਗਾ ਨਾਲ ਫੁੱਲ ਕਰਕੇ ਢਿੱਡ ਅਸੀਂ ਥੋੜ੍ਹੀ ਦੇਰ ਉੱਪਰ ਆ ਗਏ ਸੀ ਆਰਾਮ ਕੀਤਾ ਥੋੜ੍ਹੀ ਦੇਰ ਰਿਲੈਕਸ ਕੀਤਾ ਅੰਕਲ ਵੀ ਥੋੜ੍ਹੀ ਦੇਰ ਸੌਂਗੇ ਹੁਣ ਅੰਕਲ ਦੁਬਾਰਾ ਆਏ ਸੀ ਕਹਿੰਦੇ ਵੀ ਅਜੋ ਚਾਹ ਚੂਹ ਪੀ ਲਓ ਅਤੇ ਆਪਾਂ ਮਾੜਾ ਮੋਟਾ ਦੇਖ ਲੈਂਦੇ ਹਾਂ ਨਾਲੇ ਅਤੇ ਬਿਲਕੁਲ ਹੀ ਜਿੱਦਾਂ ਖੇਤਾਂ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਘਰ ਆ ਨਾ ਫਾਰਮ ਹਾਊਸ ਟਾਈਪ ਉੱਦਾਂ ਦੇ ਤਰੀਕੇ ਨਾਲ ਘਰ ਆ ਗੰਗਾਨਗਰ ਤੋਂ 5-6 ਕਿਲੋਮੀਟਰ ਦੂਰ ਸੋ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਵਾ ਹਰੀ ਭਰੀ ਜਗ੍ਹਾ ਵਾ ਬਾਕੀ ਆਪਾਂ ਐਕਸਪਲੋਰ ਕਰਦੇ ਹਾਂ ਦੇਖਦੇ ਹਾਂ ਤੁਸੀਂ ਵੀ ਦੇਖਿਓ ਨਾਲ ਆ ਜਾਓ ਸ਼ਾਮ ਦੀ ਚਾਹ ਦੇ ਨਾਲ ਆਪਾਂ ਰਾਜਸਥਾਨੀ ਕਚੌੜੀਆਂ ਖਾਧੀਆਂ ਅੰਕਲ ਜੀ ਲੈ ਕੇ ਅਸੀਂ ਬਹੁਤ ਸਵਾਦ ਹੁਣ ਅਸੀਂ ਅੰਕਲ ਨਾਲ ਮਾਰਕੀਟ ਚੱਲੇ ਅੰਕਲ ਜੀ ਨਾਲ ਵੀ ਬੁਲਾਉਂਦੇ ਹਾਂ ਪਹਿਲਾਂ ਵੀ ਤੁਸੀਂ ਮਿਲੇ ਹੋਏ ਹਾਂ ਅਤੇ ਹੁਣ ਮਾਰਕੀਟ ਜਾ ਕੇ ਥੋੜ੍ਹਾ ਬਹੁਤਾ ਸਮਾਨ ਲੈ ਕੇ ਆਉਣਾ ਨਾਲ ਅਸੀਂ ਕਿ ਅਸੀਂ ਵੀ ਦੇਖਦੇ ਹਾਂ ਘੁੰਮਦੇ ਹਾਂ ਇੰਨਾ ਵਧੀਆ ਉਰੇ ਖੁੱਲ੍ਹਾ ਡੁੱਲਾ ਵਾ ਨਾ ਦਰਖਤ ਦਰੁਖਤ ਹਰਾ ਭਰਾ ਕਮਰੇ ਵੱਡੇ ਵੱਡੇ ਹਵਾਦਾਰ ਮੌਸਮ ਵੀ ਹੈ ਨਾ ਠੰਡਾ ਚਿੜੀਆਂ ਦੀ ਆਵਾਜ਼ ਆਉਂਦੀ ਹੋਣੀ ਆ ਪਿੱਛੇ ਬੜਾ ਹੀ ਸ਼ਾਨਦਾਰ ਮਾਹੌਲ ਆ ਬਹੁਤ ਨਜ਼ਾਰਾ ਆ ਰਿਹਾ ਉਹ ਜਿਹੜਾ ਕੁੱਤਾ ਦੇਖ ਰਿਹਾ ਬਾਹਰ ਉਹ ਅੰਕਲ ਜੀ ਉਰੇ ਘੋੜੀਆਂ ਦਾ ਮੇਲਾ ਲੱਗਿਆ ਸੀ ਕੋਈ ਤੇ ਉਹ ਕੁੱਤਾ ਨਾਲ ਆ ਗਿਆ ਹੁਣ ਪਤਾ ਨਹੀਂ ਉਰੇ ਭੁੱਲ ਕੇ ਜਾ ਰਹਿ ਗਿਆ ਪੁੱਤ ਭੁੱਲ ਗਿਆ ਜੀ ਮੈਨੂੰ ਤਾਂ ਲੱਗਦਾ ਜੀ ਇਹ ਉਰੇ ਹੁਣ ਇਹਨੂੰ ਰੋਟੀ ਪਾਦੀ ਹੁਣੇ ਉਰੇ ਹੀ ਬੈਠਾ ਰਿਹਾ ਉਹਦੇ ਘਰ ਦੇ ਬੰਦਿਆਂ ਨੂੰ ਇਹ ਪੈ ਜਾਂਦਾ ਯਾ ਤਾਂ ਮੈਨੂੰ ਲੱਗਦਾ ਇਹ ਜਾਣ ਕੇ ਛੱਡ ਕੇ ਗਏ ਜੀ ਹੋ ਸਕਦਾ ਕਿ ਜਾਣ ਕੇ ਵੀ ਛੱਡ ਜਾਂਦੇ ਵੀ ਪੈਂਦਾ ਹੋਊਗਾ ਇਹ ਜ਼ਰੂਰ ਹਾਂਜੀ 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 ਇਹਨੂੰ ਪਤਾ ਨਹੀਂ ਲੱਗਦਾ ਜਾਂ ਤਾਂ ਬੱਚੇ ਵੀ ਹੁੰਦੇ ਨੇ ਘਰੇ ਫਿਰ ਬਹੁਤ ਔਖਾ ਹੈਗਾ ਪਰ ਉਹ ਇੱਕ ਗੱਲ ਸਿੰਘ ਸਾਹਿਬ ਉਹ ਵੀ ਪਤਾ ਨੀ ਕਿੰਨਾ ਕੁ ਔਖਾ ਹੋਣਾ ਵਿਚਾਰਾ ਉਰੇ ਘੋੜੀਆਂ ਦਾ ਮੇਲਾ ਲੱਗਿਆ ਸੀਗਾ ਬਸ ਹੁਣ ਅੱਜ ਕੱਲ ਚਲੇ ਗਏ ਘੋੜੀਆਂ ਤਾਂ ਬਸ ਚਲੀਆਂ ਗਈਆਂ ਨੇ ਤੇ ਉਹ ਸਾਹਮਣੇ ਮੇਲਾ ਜਿਹ ਚ ਚੀਜ਼ਾਂ ਹੋਣਗੀਆਂ ਘੋੜੀਆਂ ਨਾਲ ਰਿਲੇਟਡ ਸਮਾਨ ਜਿਹਾ ਹੋਣਾ ਗਾ ਹੁਣ ਤਾਂ ਦੁਕਾਨਾਂ ਖਿੜ ਪੁੜ ਗਈਆਂ ਸਾਰੀਆਂ ਚਲੇ ਚੁਲੇ ਗਏ ਘੋੜੀਆਂ ਦੇ ਲਾਏ ਹੋਣੇ ਆ ਜੀ ਹਾਂਜੀ ਇੱਥੇ ਰੁਕਦੇ ਆ ਨਾ ਸਟੇ ਕਰਦੇ ਹਾਂਜੀ ਇੱਥੇ 7 ਦਿਨ ਰਹੇ ਜੀ 8 ਦਿਨ ਇਹ ਤਾਂ ਬਾਲੇ ਸੋਹਣੇ ਟੈਂਟ ਮੂਵ ਵਧੀਆ ਸੋਹਣੇ ਲੱਗ ਰਹੇ ਆ ਕਿਰਾਇਆ ਜਿਵੇਂ ਹੁਣ ਜਿੰਨਾ ਚਿਰ ਰਹੂਗਾ 7 ਦਿਨ 6000 ਰੁਪਇਆ ਲੈ ਲੈਂਦੇ ਆ ਜੀ ਅੱਛਾ ਜੀ ਉਹ ਬੰਦੇ ਤੋਂ ਕਿਰਾਇਆ ਲੈਣਾ ਹਾਂਜੀ ਹਾਂਜੀ ਸਾਰੀ ਸਾਈਡ ਤੇ ਲਾਏ ਹੋਏ ਨੇ ਇੱਧਰ ਵੀ ਆ ਇਹ ਫਿਰ ਉਹਨੇ ਵੇਚਦੇ ਵੀ ਨੇ ਕੋੜੀਆਂ ਇੱਕ ਦੂਜੀ ਹਾਂਜੀ ਹਾਂਜੀ ਸੌਦੇ ਹੁੰਦੇ ਆ ਜੀ ਉਹ ਠੀਕ ਹੈ ਹਰੇਕ ਸਾਲ ਲੱਗਦਾ ਜਾਂ ਕਿਵੇਂ ਵੀ ਹਾਂਜੀ ਹਰੇਕ ਸਾਲ ਜਦੋਂ ਰਾਜਸਥਾਨ ਚ ਐਂਟਰ ਹੋਏ ਆ ਸਾਨੂੰ ਕੁਛ ਨਹੀਂ ਪਤਾ ਲੱਗਿਆ ਵੀ ਰਾਜਸਥਾਨ ਆ ਗਿਆ ਪਰ ਹਿੰਦੀ ਨੇ ਪਤਾ ਲਾਤਾ ਹਿੰਦੀ ਪੜ੍ਹ ਪੜ੍ਹ ਕੇ ਪਤਾ ਲੱਗ ਗਿਆ ਪਰ ਇੱਕ ਚੀਜ਼ ਤਾਂ ਹੈ ਰੇਤਾ ਤਾਂ ਉੱਡ ਰਿਹਾ ਹਨਾ ਜੀ ਰਾਜਸਥਾਨ ਆ ਗਿਆ ਰੇਤਾ ਉੱਡ ਰਿਹਾ ਰੇਤੇ ਤਾਂ ਪਤਾ ਲੱਗ ਰਿਹਾ ਬੜਾ ਟ੍ਰੈਫਿਕ ਹੀ ਵੱਧ ਗਿਆ ਉਹਦੇ ਕਰਕੇ ਵੀ ਹੋ ਗਿਆ ਨਾ ਸਾਈਡ ਵਾਲੇ ਪਾਸੇ ਨੂੰ ਰੇਤਾ ਹੈਗਾ ਰੋਡ ਰੋਡ ਪੱਕੀ ਆ ਸਾਈਡ ਤੇ ਰੇਤਾ ਬਹੁਤ ਆ ਪੂਰਾ ਵਧੀਆ ਏਰੀਆ ਹੈਗਾ ਪੂਰਾ ਡਿਵੈਲਪ ਹੈਗਾ ਸਾਰੇ ਵਧੀਆ ਵਧੀਆ ਸ਼ੋਰੂਮ ਹੈਗੇ ਆ ਉਰੇ ਕੋਈ ਵੈਸੇ ਬਹੁਤਾ ਫਰਕ ਨਹੀਂ ਲੱਗ ਰਿਹਾ ਇਕੱਲਾ ਹਿੰਦੀ ਪੜ੍ਹ ਕੇ ਲੱਗਦਾ ਵੀ ਡਿਫਰੈਂਟ ਏਰੀਏ 'ਚ ਆ ਨਹੀਂ ਤਾਂ ਸਾਰਾ ਸੇਮ ਹੀ ਆ ਹਾਂਜੀ ਉਰੇ ਸਰਦਾਰ ਹੈਗੇ ਆ ਬਹੁਤ ਸਾਰਾ ਸੇਮ ਹੀ ਹੈਗਾ ਕਿਉਂਕਿ ਪੰਜਾਬ ਦੀ ਬਹੁਤ ਬੱਸੋ ਆ ਜਿਹੜੀ ਬਹੁਤ ਲੋਕ ਸੀ ਜਿਹੜੇ ਇੱਧਰ ਆ ਕੇ ਵੱਸ ਗਏ ਸੀਗੇ ਰਵੀ ਤੁਹਾਨੂੰ ਧਿਆਨ ਹੋਣਾ ਇੱਕ ਵਾਰੀ ਗਵਾਰਾ ਕਿੰਨਾ ਮਹਿੰਗਾ ਹੋ ਗਿਆ ਸੀ ਹਾਂਜੀ ਯਾਦ ਹੈ ਤੁਹਾਨੂੰ ਪੰਜਾਬ 'ਚ ਵੀ ਬੀਜਣ ਲੱਗ ਗਏ ਸੀ ਗਵਾਰਾ ਬੀਜੋ ਗਵਾਰਾ ਬੀਜੋ 35-35 ਨੂੰ ਕੁਇੰਟਲ ਹੋ ਗਿਆ ਸੀ ਉਹ ਇੱਥੋਂ ਦਾ ਹੀ ਸੀ ਜੀ ਉਹ ਬੀਡੀ ਅਗਰਵਾਲ ਹਾਂਜੀ ਗੰਗਾਨਗਰ ਦਾ ਹੀ ਹਾਂ ਮੇਨ ਬਾਜ਼ਾਰ ਆ ਗਿਆ ਜੀ ਗੰਗਾਨਗਰ ਦਾ ਅੰਕਲ ਜੀ ਨੇ ਦੱਸਿਆ ਵੀ ਇਹ ਪੁਰਾਣਾ ਵਾ ਉਰੇ ਜਿਹੜਾ ਸਭ ਤੋਂ ਪੁਰਾਣਾ ਜੇ ਛੋਟੇ ਹੁੰਦੇ ਕਹਿੰਦੇ ਅਸੀਂ ਆਉਂਦੇ ਹੁੰਦੇ ਸੀ ਤਾਂ ਇਹ ਸੀ ਚਲੋ ਬਹੁਤ ਫੈਲਿਆ ਹੋਇਆ ਸਾਰੀ ਮੌਲ ਸਾਰਾ ਕੁਛ ਆ ਉਰੇ ਸਾਰੇ ਸ਼ੋਰੂਮ ਬਹੁਤ ਜ਼ਿਆਦਾ ਭੀੜ ਆ ਗੱਡੀਆਂ ਮਤਲਬ ਕਿ ਪੂਰੀ ਗੱਡੀ 'ਤੇ ਗੱਡੀ ਚੜੀ ਹੋਈ ਆ ਆ ਗਿਆ ਉਹ ਸਟੇਸ਼ਨ ਜਿੱਥੇ
ਤੋਂ ਹਜ਼ੂਰ ਸਾਹਿਬ ਨੂੰ ਟ੍ਰੇਨਾਂ ਚੱਲਦੀਆਂ ਨੇ ਗੰਗਾਨਗਰ ਤੋਂ ਸਿੱਧੀ ਉਰੋ ਚੱਲਦੀ ਆ ਜੰਕਸ਼ਨ ਗੰਗਾਨਗਰ ਦਾ ਅਤੇ ਮਾਰਕੀਟ ਘੈਂਟ ਲੱਗੀ ਮੈਨੂੰ ਸੋਹਣੀ ਲੱਗਿਆ ਕਿ ਤੁਹਾਨੂੰ ਪੁਰਾਣੀਆਂ ਸਾਰੀਆਂ ਚੀਜ਼ਾਂ ਦੱਸ ਰਹੇ ਨੇ ਵੀ ਆਹ ਛੋਟਿਆਂ ਦੀ ਦੁਕਾਨ ਆ ਮਸ਼ਹੂਰ ਦੁਕਾਨ ਆ ਸੋ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਨੇ ਉਰੇ ਆਹ ਵਾਲੀ ਗੱਡੀ ਜਿਹੜੀ ਰਸਤੇ 'ਚ ਖੜੀ ਸੀ ਬਿਲਕੁਲ ਹੀ ਸੈਂਟਰ 'ਚ ਲਾਈ ਪਈ ਸੀਗੀ ਅਸੀਂ ਕਿਹਾ ਪਤਾ ਨਹੀਂ ਵੀ ਕੌਣ ਆ ਪੀ ਪੀ ਨੰਬਰ ਸੀ ਉਹ ਥੋੜ੍ਹੀ ਅੱਗੇ ਲੱਗੀ ਹੋਈ ਸੀ ਅੰਕਲ ਕਹਿੰਦੇ ਵੀ ਪੁਲਿਸ ਆਈ ਨਹੀਂ ਤਾਂ ਚੱਕ ਲੈਂਦੀ ਆ ਅਸੀਂ ਮੁੜ ਕੇ ਆਏ ਜਾਣੂ ਚੱਕ ਲਈ ਪਤੰਦਰ ਨੇ ਲਾਈ ਵੀ ਜਮੀ ਵਿਚਾਲੇ ਪਈ ਸੀ ਸੜਕ ਤੇ ਹਾਂ ਬਾਹਲੀ ਗਲਤ ਲਈ ਸੀ 50 ਰੁਪਏ ਦੇ ਪਾਈ ਆ ਇੰਨਾ ਮਹਿੰਗਾ ਕੰਮ ਥੋੜ੍ਹਾ ਜਿਹਾ ਲੈ ਲਓ ਮੁੱਠੀ ਕ ਮੈਂ ਕਹਿੰਦੇ ਬੇਰ ਦੇਖ ਲੈ ਕਹਿੰਦੀ ਬੇਰ ਖਾਣੇ ਮੈਂ ਅੱਜ ਪਾਈਆ ਤਾਂ ਲਈਏ ਫਿਰ ਦੇ ਬਾਈ ਦੇ ਮਹਿੰਗੇ ਹੋ ਗਏ ਇਹਦਾ ਬੰਦਾ ਕੱਲਾ ਕੱਲਾ ਚੱਕ ਵੀ ਨਹੀਂ ਸਕਦਾ ਤੇ ਜੀ ਹਾਂ ਜੀ ਮੈਂ ਸੇਵ ਦੇ ਦਿੰਦੇ ਆ ਐਸੇ ਏਰੀਆ 'ਚ ਫਿਰ ਹੁੰਦੇ ਆ ਜੀ ਇਹ ਉਰੇ ਆ ਗਏ ਆਪਾਂ ਰਾਜਸਥਾਨ ਦੀ ਗੰਗਾਨਗਰ ਦੀ ਸਬਜ਼ੀ ਮਾਰਕੀਟ ਹਾਂਜੀ ਚਿੱਬੜ ਉਰੇ ਬਹੁਤ ਚੱਲਦੇ ਨੇ ਪੱਟੇ ਨੇ ਹਾਂਜੀ ਆਪਾਂ ਨੇ ਲੈਣੇ ਹੈਗੇ ਆਲੂ ਗੋਭੀ ਆਲੂ ਗੋਭੀ ਤੇ ਕੁਝ ਹੋਰ ਲੈਣਾ ਹਾਂਜੀ ਮਟਰ ਲੈਣੇ ਨੇ ਹਾਂ ਅਸੀਂ ਕਚੌੜੀ ਖਾਧੀ ਸੀ ਅਸੀਂ ਉਹ ਵੀਡੀਓ ਨਹੀਂ ਬਣਾਈ ਉਹਦੀ ਖਾਣ ਵਾਸਤੇ ਬਹੁਤ ਕੁਝ ਪਿਆ ਜੀ ਉਹ ਪਤਾ ਨਹੀਂ ਕੀ ਆ ਦੇਖ ਲੈਣੇ ਪੁੱਛ ਲੈਣੇ ਉਹ ਦੇਖੋ ਸਾਹਮਣੇ ਕੀ ਆ ਕਮਲ ਦੇ ਫੁੱਲ ਦੀ ਜੜ ਕਮਲ ਦੇ ਫੁੱਲ ਦੀ ਜੜ ਦੇ ਇਹਦੀ ਸਬਜ਼ੀ ਬਣਦੀ ਆ ਸਬਜ਼ੀ ਬਣਦੀ ਆ ਪਹਿਲੀ ਵਾਰ ਦੇਖਿਆ ਮੈਂ ਆਪਣੀ ਲਾਈਫ ਆ ਜਮਾ ਹੀ ਪਹਿਲੀ ਵਾਰ ਦੇਖੀ ਹੈਗੀ ਦੇ ਕਹਿੰਦੇ ਨੇ ਦੇ ਮੈਨੂੰ ਤਾਂ ਉਹ ਲੱਗਿਆ ਸੀ ਲੱਕੜ ਜੀ ਲੱਗੀ ਸੀ ਭਾਈ ਬੇ ਜੀ ਬੇ 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 ਮੱਛਰ ਬਹੁਤ ਆ ਉਰੇ ਪਰ ਮੋਟਾ ਮੋਟਾ ਮੱਛਰ ਆ ਅਰੇ ਰੋ ਮੱਛਰ ਪੂਰੇ ਫਰੂਟਾਂ ਦੀ ਦੁਕਾਨ ਵੀ ਪੂਰਾ ਆਰਗੇਨਾਈਜ਼ ਕਰਕੇ ਰੱਖੀ ਹੋਈ ਹੈਗੀ ਪੂਰੇ ਵਧੀਆ ਫਰੂਟ ਦੇ ਚਚਾਏ ਹੋਏ ਹੈਗੇ ਤੇ ਉਰੇ ਅਮਰੂਦ ਹੈਗੇ ਆ ਨਾ ਜੀ ਮਾਰਕੀਟ ਬੜੀ ਸੋਹਣੀ ਲੱਗੀ ਹੈ ਨਾ ਸਾਰੀ ਹਾਂਜੀ ਮਾਰਕੀਟ ਬਹੁਤ ਸੋਹਣੀ ਆ ਪਿੱਛੇ ਦੇਖ ਗੱਡੀ ਔਰੇ ਨਿਊਜ਼ੀਲੈਂਡ ਵਾਲੇ ਸੰਤਰੇ ਨੇ ਨਿੱਕੇ ਨਿੱਕੇ ਨੇ ਮੈਂ ਪਹਿਲੀ ਵਾਰ ਦੇਖੇ ਨੇ ਉਹ ਸਿੰਘ ਸਾਹਿਬ ਨੇ ਤਾਂ ਦੇਖੇ ਹੋਏ ਆ ਮੈਨੂੰ ਲੱਗਿਆ ਦੂਰੋਂ ਟਮਾਟਰ ਪਏ ਆ ਕਿਤੇ ਫਰੂਟਾਂ ਦੀ ਦੁਕਾਨ ਤੇ ਪੂਰੇ ਇੱਕ ਤਿੱਬ ਤਿੰਨ ਮੇਲਾ ਜਿਹਾ ਲੱਗਿਆ ਹੋਇਆ ਕੱਪੜੇ ਕੁਪੜੇ ਦਾ ਸੀਗਾ ਚਲੋ ਦੇਖ ਲਈਏ ਕੋਈ ਸਰਦੀ ਵਾਲੀ ਚੀਜ਼ ਕਈ ਵਾਰ ਮਿਲ ਜਾਂਦੀ ਆ ਰਾਸਤੇ ਕਈਓ ਰੋਕ ਲਈ ਸਿੰਘ ਸਾਹਿਬ ਜੀ ਪਾਸ਼ਾ ਕਿਹੜੀ ਮੋਲ ਨਹੀਂ ਆਏ ਤੂੰ ਦੱਸ ਤਾ ਇਹ ਕਿੱਥੇ ਆ ਗਏ ਸਿੰਘ ਸਾਹਿਬ ਜੀ ਪਾਸ਼ਾ ਕਿਹੜੀ ਬੋਲੀ ਆ ਚੀਮੀ ਵਾਲੀ ਸਮਝਦੇ ਹੋਣਗੇ ਤਾਂ ਹੀ ਇੱਥੇ ਆ ਕੇ ਲਾਇਆ ਅਸੀਂ ਪਹੁੰਚ ਗਏ ਜੀ ਘਰੇ ਵੈਸੇ ਹਨੇਰਾ ਹੋ ਗਿਆ ਪਰ ਵਧੀਆ ਰਿਹਾ ਸਫ਼ਰ ਅਸੀਂ ਜਾਣਾ ਨਹੀਂ ਸੀਗਾ ਪਰ ਆਂਟੀ ਜੀ ਹੋਣੀ ਕਹਿੰਦੇ ਅੰਕਲ ਕਹਿੰਦੇ ਵੀ ਨਾਲ ਚੱਲੋ ਦੋਨੇ ਜਾਣੇ ਦਿਖਾ ਲਿਆਉਣੇ ਆ ਬਾਜ਼ਾਰ ਪਰ ਉਹ ਕੁੱਤਾ ਖਤਰਨਾਕ ਆ ਹਲੇ ਵੀ ਗੇਟ 'ਚ ਹੀ ਬੈਠਾ ਖੇਤਾਂ ਵਾਲੇ ਘਰ ਦੀ ਮੋਰਨਿੰਗ ਦਾ ਤਾਂ ਨਜ਼ਾਰਾ ਹੀ ਹੋਰ ਹੁੰਦਾ ਆਪਣਾ ਪਿੰਡ ਵੀ ਕਾਇੰਡ ਆਫ ਖੇਤਾਂ 'ਚ ਪਰ ਪੂਰਾ ਖੇਤਾਂ 'ਚ ਨਹੀਂ ਆ ਇਹ ਜਿਹੜਾ ਪਿਓਰ ਹੀ ਖੇਤਾਂ 'ਚ ਹੁੰਦਾ ਅਤੇ ਆ ਬੇਰ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਹੁਣ ਤਾਂ ਮੈਂ ਕਦੇ ਦੇਖੇ ਵੀ ਨਹੀਂ ਹੈਗੇ ਸਾਡੇ ਸਕੂਲ ਦੇ ਵਾਰ ਮੈਂ ਬਾਹਲੀ ਵਾਰ ਨਹੀਂ ਦੋ ਤਿੰਨ ਵਾਰ ਖਾਧੇ ਨੇ ਇਹ ਮੈਨੂੰ ਲੱਗਦਾ ਇਹੀ ਏਰੀਏ 'ਚ ਹੁੰਦੇ ਨੇ ਇਹ ਮੈਂ ਕਹਿੰਦਾ ਦਿੱਤੇ ਸੀਗੇ ਅਤੇ ਇੰਨਾ ਕਿ ਇਹਦੇ ਨਾਲ ਢਿੱਡ ਨਹੀਂ ਭਰਦਾ ਜਮੀ ਢਿੱਡ ਨਹੀਂ ਭਰਦਾ ਹੈਗਾ ਮੈਨੂੰ ਤਾਂ ਵੀ ਇਹਨੇ ਸਵਾਦ ਨਹੀਂ ਲੱਗੇ ਮੈਨੂੰ ਲੱਗਦਾ ਇਹਨਾਂ ਨੂੰ ਲੂਣ ਨਾਲ ਲੈ ਕੇ ਦਿੰਦੇ ਹੁੰਦੇ ਸੀ ਨਾ ਪਹਿਲਾਂ ਹਾਂਜੀ ਵੈਸੇ ਦੰਦਾਂ ਦੀ ਐਕਸਰਸਾਈਜ਼ ਲਈ ਨੇ ਬਸ ਨਿਊਜ਼ੀਲੈਂਡ ਵਾਲੇ ਸੰਤਰੇ ਬਾਹਰ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਨੇ ਇੱਕ ਤਾਂ ਟੈਂਜਰੀਨ ਹੁੰਦੇ ਨੇ ਕਈ ਕਿਸਮਾਂ ਦੀਆਂ ਨੇ ਇੱਕ ਸੀ ਤੋਂ ਕੁਛ ਕਲੈਮੈਂਟ ਆ ਪਤਾ ਨਹੀਂ ਮੈਨੂੰ ਕਹਿਣਾ ਨਹੀਂ ਆਉਂਦਾ ਕੀ ਕਹਿੰਦੇ ਜੋ ਵੀ ਕਹਿੰਦੇ ਨੇ ਇਹਨਾਂ ਵਿੱਚ ਬੀਅਰ ਨਹੀਂ ਹੁੰਦਾ ਸਵਾਦ ਬਹੁਤ ਹੁੰਦੇ ਨੇ ਇਹ ਵੀ ਗੱਲ ਅੰਕਲ ਨੇ ਕਿਹਾ ਸੀ ਤੁਸੀਂ ਟਰਾਈ ਕਰੋ ਮੈਂ ਕਹਿੰਦੇ ਖਾਧੇ ਨਹੀਂ ਸੀਗੇ ਅਤੇ ਅੱਜ ਆਪਣੇ ਇੱਕ ਦੋ ਪਲੈਨ ਨੇ ਜਾਣ ਦੇ ਉੱਥੇ ਜਾ ਕੇ ਆਵਾਂਗੇ ਕਹਿੰਦੇ ਤੁਹਾਨੂੰ ਰਾਜਸਥਾਨ ਦੀਆਂ ਥੋੜ੍ਹੀਆਂ ਚੀਜ਼ਾਂ ਦਿਖਾ ਕੇ ਲਿਆਵਾਂਗੇ ਅੱਜ ਉਰੇ ਦੀਆਂ ਟ੍ਰੈਡੀਸ਼ਨਲ ਅਤੇ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ